ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਮਾਰ ਮਾਰਿਆ ਨਹੀਂ ਮੁਕਣੀ ਇਤਨੀ ਲੰਮੀ ਹੈ ਸਾਡੀ ਕਤਾਰ ਲੋਕੋ ਇਤਨੀ ਲੰਮੀ ਹੈ ਸਾਡੀ ਕਤਾਰ ਲੋਕੋ ਮੈਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੋ ਸਾਡੇ ਬੱਚੇ ਉਹ ਜਾਗ ਪਏ ਹਨ ਸਾਨੂੰ ਹੋਰ ਫਿਕਰ ਕਰਨ ਦੀ ਲੋੜ ਨਹੀਂ ਹੈ ਸਾਡੇ ਕੋਲ ਬੱਚੀ ਨਵਨੀਤ ਕੌਰ ਪੇਸ਼ੇ ਵਿੱਚੋਂ ਐਡਵੋਕੇਟ ਵਕੀਲ ਇਹ ਆਪਣੇ ਇੱਕ ਮਿੰਟ ਵਾਸਤੇ ਜੋ ਵਿਚਾਰ ਸਾਂਝੇ ਕਰੂਗੀ ਅਤੇ ਨਾਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਬੱਚਾ ਬੁਲਾਰੇ ਬੋਲਦੇ ਆ ਉਹਨਾਂ ਦਾ ਜ਼ਰੂਰ ਸੁਣ ਲਿਆ ਜਾਵੇ ਕਿਉਂਕਿ ਉਹਨਾਂ ਨੇ ਵੀ ਟਾਈਮ ਕੱਢ ਕੇ ਇਸੇ ਲਿਆਉਂਦੇ ਹੈਗੇ ਆ ਕੋਈ ਵੀ ਵੀਰ ਸਾਡੇ 'ਤੇ ਪ੍ਰੈਸ਼ਰ ਨਾ ਪਾਵੇ ਕਿ ਮੈਨੂੰ ਟਾਈਮ ਲੇਟ ਮਿਲਿਆ ਮੈਨੂੰ ਪਹਿਲਾਂ ਸਾਰਿਆਂ ਨੂੰ ਟਾਈਮ ਦੇਵਾਂਗੇ ਕਿਉਂਕਿ ਜਿੱਦਾਂ ਬੱਚੇ ਬੱਚੀਆਂ ਆਉਂਦੇ ਆ ਉਹਨਾਂ ਨੂੰ ਸਾਡਾ ਪਹਿਲਾਂ ਦੇਣਾ ਫਰਜ਼ ਬਣਦਾ ਸੋ ਹੁਣ ਬੱਚੀ ਨਵਨੀਤ ਕੌਰ ਉਸ ਤੋਂ ਉਪਰੰਤ ਭਾਈ ਭੁਪਿੰਦਰ ਸਿੰਘ ਜੀ ਫਿਰ ਬਲਜਿੰਦਰ ਸਿੰਘ ਜੀ ਬਾਟੀ ਅਤੇ ਫਿਰ ਬੂਟਾ ਸਿੰਘ ਜੀ ਚਾਲ ਅਤੇ ਉਸ ਤੋਂ ਬਾਅਦ ਬਲਜੀਤ ਸਿੰਘ ਜੀ ਮੈਸਟਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਸਲੇ ਕਦੇ ਚੂਰ ਨਹੀਂ ਸੀ ਦਿੱਲੀ ਪਹਿਲਾਂ ਵੀ ਕਦੇ ਦੂਰ ਨਹੀਂ ਸੀ ਹੁਣ ਕਰਨੇ ਹਿਸਾਬ ਅਗਲੇ ਪਿਛਲੇ ਸਾਰੇ ਕਿਸਾਨ ਕਦੇ ਇੰਨਾ ਮਜਬੂਰ ਨਹੀਂ ਸੀ ਬੋਲੇ ਕਿਸਾਨ ਏਕਤਾ ਕਿਸਾਨ ਏਕਤਾ ਬਲਜਿੰਦਰ ਸਿੰਘ ਬਾਂਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਭਾਰਤੀਆਂ ਨੂੰ ਜਾਣ ਕੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅੱਜ ਡੈਨਹਾਰ ਦੇ ਵਿੱਚ 8 ਦਸੰਬਰ ਦਿਨ ਮੰਗਲਵਾਰ ਨੂੰ ਬਹੁਤ ਵੱਡਾ ਇੱਕ ਮੁਜ਼ਾਹਰਾ ਹੋਇਆ ਜਿਸ ਦੇ ਵਿੱਚ ਪੂਰੇ ਹੋਲੈਂਡ ਦੇ ਵਿੱਚੋਂ ਪੰਜਾਬੀ ਸਿੱਖ ਭਾਰਤੀ ਆਏ ਜਿਨ੍ਹਾਂ ਦੇ ਵਿੱਚ ਪੂਰੀਆਂ ਗੁਰਦੁਆਰਾ ਕਮੇਟੀਆਂ ਆਈਆਂ ਔਰ ਸਾਰੀਆਂ ਸੰਸਥਾਵਾਂ ਦੇ ਨੁਮਾਇੰਦੇ ਆਏ ਅਤੇ ਆਮ ਸੰਗਤਾਂ ਬੱਚਿਆਂ 'ਚ ਬੜਾ ਭਾਰੀ ਉਤਸ਼ਾਹ ਸੀ ਅਤੇ ਸੰਗਤਾਂ ਦਾ ਰੂਹਾਂ ਮਾਲ ਦਾ ਠਾਠ ਮੋਦੀ ਸਰਕਾਰ ਨੂੰ ਲਗਾ ਰਿਹਾ ਸੀ ਅਤੇ ਜੂਏ ਜੋ ਕਾਨੂੰਨ ਬਣਾਏ ਉਹ ਵਾਪਸ ਲੈ ਲਏ ਅਤੇ ਇਸ ਦੇ ਤਹਿਤ ਵੀ ਪਹਿਲਾਂ ਹੀ ਦੱਸ ਚੁੱਕੇ ਸੀਗੇ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਪੰਜਾਬ ਦਾ ਇਸ ਔਰਗਨਾਈਜ਼ੇਸ਼ਨ ਸਿੱਖ ਕਮਿਊਨਿਟੀ ਸਮੂਹ ਗੁਰਦੁਆਰਾ ਕਮੇਟੀਆਂ ਵੱਲੋਂ ਔਰ ਅਸੀਂ ਆਪਣੀਆਂ ਜੋ ਪਟੀਸ਼ਨਾਂ ਦੇਣੀਆਂ ਹੈਗੀਆਂ ਅਤੇ ਅੱਜ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਭਾਰਤੀ ਸੰਗਤ ਵਿੱਚ ਹਰਜੀਤ ਸਿੰਘ ਸਾਰੇ ਅਸੀਂ ਗਏ ਹਾਂ ਅਤੇ ਜੋ ਫੋਰਨ ਮਿਨਿਸਟਰੀ ਆ ਹੋਲੈਂਡ ਦੀ ਉਸ ਦੇ ਅੰਦਰ ਉਸ ਦੇ ਵਿੱਚ ਜਾ ਕੇ ਜੋ ਫੋਰਨ ਮਿਨਿਸਟਰ ਹੈ ਉਸ ਨੂੰ ਅਸੀਂ ਇੱਕ ਪਟੀਸ਼ਨ ਦਿੱਤੀ ਹੈਗੀ ਆ ਉਹਨਾਂ ਨੇ ਸਾਡੀ ਗੱਲ ਬਹੁਤ ਵਧੀਆ ਤਰੀਕੇ ਨਾਲ ਸੁਣੀ ਹੈਗੀ ਆ ਉਸ ਪਟੀਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਮੋਦੀ ਸਰਕਾਰ ਕਿਵੇਂ ਵੱਖ ਵੱਖ ਤਰੀਕਿਆਂ ਨਾਲ ਹਿੰਦੁਸਤਾਨ ਨੂੰ ਖੋਖਲਾ ਕਰ ਰਿਹਾ ਹੈਗਾ ਅਤੇ ਅਸੀਂ ਨਾਲ ਹੀ ਨਾਲ ਇਹ ਵੀ ਵੈਸੇ ਸਾਨੂੰ ਇਹ ਮਿਨਿਸਟਰ ਦੇ ਵੱਲੋਂ ਭਰੋਸਾ ਦਵਾਇਆ ਗਿਆ ਕਿ ਅਸੀਂ ਉਦ ਵੀ ਜਿਹੜੀ ਸਾਡੀ ਹੋਲੈਂਡ ਦੇ ਵਿੱਚ ਇੰਡੀਆ ਦੇ ਵਿੱਚ ਦਿੱਲੀ ਦੇ ਕੰਬੈਸੀ ਹੈਗੀ ਉਹਨਾਂ ਨਾਲ ਕੰਟੈਕਟ ਹੋਇਆ ਹੈਗਾ ਅਸੀਂ ਪੂਰੀ ਤਰ੍ਹਾਂ ਸਾਰੇ ਮਸਲੇ 'ਤੇ ਅੱਖ ਰੱਖ ਰਹੇ ਹੈਗੇ ਹਾਂ ਅਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਯੂਰਪ ਦੀਆਂ ਸਰਕਾਰਾਂ ਰਲ ਕੇ ਮੋਦੀ ਸਰਕਾਰ ਦੇ ਦਬਾਅ ਪਾਵੋ ਜੋ ਘੱਟ ਗਿਣਤੀਆਂ ਦਾ ਗਾਲੂ ਰਸਾ ਪਾਇਆ ਜਾ ਰਿਹਾ ਫਾਂਸੀ ਦਾ ਉਹ ਖਤਮ ਕੀਤਾ ਜਾਵੇ ਅਤੇ ਇਸੇ ਹੀ ਤਹਿਤ ਇਸ ਫੋਰਨ ਮਿਨਿਸਟਰੀ ਨੂੰ ਪਟੀਸ਼ਨ ਦਿੱਤੀ ਗਈ ਆ ਇਵੇਂ ਹੀ ਪਾਰਲੀਮੈਂਟ ਨੂੰ ਪਟੀਸ਼ਨ ਦਿੱਤੀ ਗਈ ਇਵੇਂ ਹੀ ਇੰਟਰਨੈਸ਼ਨਲ ਕੋਰਟ ਨੂੰ ਪਟੀਸ਼ਨ ਦਿੱਤੀਆਂ ਗਈਆਂ ਸਾਰੀਆਂ ਜੋ ਆਪਣੇ 3 ਪਟੀਸ਼ਨਾਂ ਆਪਾਂ ਵੱਖ ਵੱਖ ਡਿਪਾਰਟਮੈਂਟ ਦਿੱਤੀਆਂ ਅਤੇ ਇਸ ਦੇ ਤਹਿਤ ਅਸੀਂ ਪੂਰੇ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਆਪਣਾ ਆਪਣੇ ਲੈਵਲ 'ਤੇ ਸਰਕਾਰਾਂ ਨੂੰ ਇਸ ਵਿੱਚ ਪਟੀਸ਼ਨਾਂ ਦੇਵੋ ਤਾਂ ਕਿ ਪਟੀਸ਼ਨਾਂ ਦੀ ਹਨੇਰੀ ਆ ਜਾਵੇ ਅਤੇ ਸਰਕਾਰਾਂ ਦੇ ਕੋਲ ਗੱਲ ਨਾ ਰਹੇ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਸੋ ਅੰਤ ਵਿੱਚ ਜਿੰਨੀਆਂ ਵੀ ਅੱਜ ਹੋਲਨ ਭਰ ਦੇ ਬੱਚੇ ਬੱਚੀਆਂ ਬੀਬੀਆਂ ਬਜ਼ੁਰਗ ਇਸ ਨਜ਼ਾਰੇ ਵਿੱਚ ਆਏ ਸਭਨਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਲਨ ਵਿੱਚ 8 ਦਸੰਬਰ ਨੂੰ ਇੰਡੀਅਨ ਅੰਬੈਸੀ ਦੇ ਸਾਹਮਣੇ ਬਹੁਤ ਵੱਡਾ ਹੀ ਮੁਜ਼ਾਹਰਾ ਹੋਇਆ ਹੈ ਜਿਹਦੇ ਵਿੱਚ ਅਮਸਟਰਡੈਮ ਰੋਟਰਡੈਮ ਹੋਲਨ ਦੇ ਸਾਰੇ ਪਾਸਿਓਂ ਸੰਗਤਾਂ ਆਈਆਂ ਬੈਲਜੀਅਮ ਤੋਂ ਆਈਆਂ ਸਵੀਡਨ ਤੋਂ ਆਈਆਂ ਸੀਗੀਆਂ ਅਤੇ ਉਸ ਤੋਂ ਬਾਅਦ ਵਿੱਚ ਅਸੀਂ ਫੋਰਨ ਮਿਨਿਸਟਰੀ ਵਿੱਚ ਜਾ ਕੇ ਇੱਕ ਪਟੀਸ਼ਨ ਦਿੱਤੀ ਹੈ ਮਿਨਿਸਟਰ ਨੂੰ ਜਿਹੜੇ ਵਿੱਚ ਉਹਨੇ ਸਾਡੀ ਬਹੁਤ ਸੁੱਚੇ ਢੰਗ ਨਾਲ ਗੱਲ ਸੁਣੀ ਹੈਗੀ ਆ ਉਸ ਤੋਂ ਬਾਅਦ ਉਹ 'ਚੋਂ ਅਸੀਂ ਇੱਥੇ ਪੀਸ ਪੈਲਸ 'ਚ ਆਏ ਹੈਗੇ ਹਾਂ ਜੋ ਕਿ ਇੰਟਰਨੈਸ਼ਨਲ ਕ੍ਰਾਈਮ ਕੋਰਟ ਹੈਗਾ ਆ ਅਸੀਂ ਇੱਥੇ ਡਿਮਾਂਡ ਕੀਤੀ ਹੈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕਿ ਜੋ ਇੰਡੀਆ ਨੇ ਕਿਸਾਨਾਂ ਦੇ ਉੱਤੇ ਅੱਤਿਆਚਾਰ ਕੀਤਾ ਹੈਗਾ ਆ ਉਹਦੇ ਬਾਰੇ ਜ਼ਰੂਰ ਕੇਸ ਕਰਨ ਇੰਡੀਆ ਦੇ ਉੱਤੇ ਅਤੇ ਉੱਥੇ ਜਿਹੜੇ ਸਜ਼ਾਦਾਰ ਹੈਗੇ ਉਹਨਾਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ ਸਾਨੂੰ ਪੂਰੀ ਆਸ ਹੈ ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈਗੀ ਆ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਕਿਸਾਨਾਂ ਦੇ ਨਾਲ ਰਲ ਕੇ ਉਹਨਾਂ ਨੂੰ ਜ਼ਰੂਰ ਇਨਸਾਫ਼ ਦਿਵਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਆਪ ਜੀ ਨਾਲ ਕਰਨੀਆਂ ਚਾਹੁੰਦਾ ਹੈਗੇ ਹਾਂ ਕਿਉਂਕਿ ਬਹੁਤ ਸਾਰੇ ਫੋਨ ਵੀ ਆਏ ਸੀ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿੰਨੀਆਂ ਵੀ ਬੱਚੇ ਬੱਚੀਆਂ ਬੀਬੀਆਂ ਭੈਣਾਂ ਅੱਜ ਇਸ ਠੰਡ ਦਾ ਮੌਸਮ 2 ਡਿਗਰੀ ਦੇ ਕਰੀਬ ਟੈਂਪਰੇਚਰ ਹੈਗਾ ਸਾਰੇ ਇਸ ਭਰਦੀ ਠੰਡ ਦੇ ਖੜ੍ਹੇ ਹੈਗੇ ਆਪਾਂ ਸਾਡੀ ਜਿਹੜੀ ਇਹ ਅਰਦਾਸ ਬੇਨਤੀ ਆ ਉਹਨਾਂ ਕਿਸਾਨਾਂ ਦੇ ਨਾਂ 'ਤੇ ਹੈਗੀ ਆ ਬਿਨਾਂ ਕਿਸੇ ਵੀ ਨਾਮ ਰਿਹਾ ਸਾਰੇ ਗੁਰਦੁਆਰਾ ਕਮੇਟੀਆਂ ਦਾ ਸਾਰੇ ਬੀਰਾਂ ਭੈਣਾਂ ਦਾ ਤੈਅ ਦਿਲੋਂ ਧੰਨਵਾਦ ਹੈਗਾ ਇੱਕ ਗੱਲ ਮੈਂ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਇਹ ਕਰਨੀ ਚਾਹੁੰਦਾ ਹੈਗਾ
अगली गल शुरू करने तो पहला मेरे कन्न च फूक आई हैगी आ, मैनू भी पता मैं कब बोलना हैगा, पर लेकिन आने वाले 13 तरीक नूं दिन ऐतवार नूं यूरोपियन पार्लीमेंट दे विच समूह यूरोप दीआं संगतां वल्लों बेलजियम दीआं संगतां वल्लों बहुत वड्डा मजा रखिआ गिआ, जिहड़े वीर पिंड पहुंचदे जरूर पहुंचण। उस तों बाद 11 तों 1 दा समां हैगा ते भाई बलौरा सिंह जी आए रहे, इन्हां नूं टाइम देणा हैगा। उस तों बाद एक गल मैं जरूर करनी चाहुंदा कि खट्टर सरकार ने, हरियाणा दी सरकार ने ਜਦੋਂ ਤੁਹਾਡੇ ਵੀਰ ਹਰਿਆਣਾ ਦਿੱਲੀ ਨੂੰ ਚੱਲਦੇ ਸੀ ਤਾਂ ਤੁਹਾਡੇ ਰਾਹਾਂ ਦੇ ਵਿੱਚ ਟੋਏ ਪੱਟ ਕੇ ਕੰਡਿਆਲੀਆਂ ਤਾਰਾਂ ਲਾ ਕੇ ਪੱਥਰ ਰੱਖ ਕੇ ਤੁਹਾਨੂੰ ਅਹਿਸਾਸ ਕੀ ਕਰਾਇਆ, ਤੁਹਾਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ। ਅੱਜ ਵੀ ਜੇ ਤੁਸੀਂ ਇਹ ਨਾ ਸਮਝੇ ਕਿ ਅਸੀਂ ਗੁਲਾਮ ਹਾਂ ਤਾਂ ਫਿਰ ਮੇਰਾ ਕਿਹਾ ਆਪਾਂ ਕਦੀ ਵੀ ਨਹੀਂ ਸਮਝਾਂਗੇ। ਅਸੀਂ ਅਕਾਲ ਤਖ਼ਤ ਵੀ ਢਹਾ ਲਿਆ, ਅਸੀਂ ਹਰਿਮੰਦਰ ਸਾਹਿਬ ਢਹਾ ਲਿਆ, ਅਸੀਂ ਆਪਣੀਆਂ ਜ਼ਮੀਨਾਂ ਵੀ ਜਾਂਦੀਆਂ ਜਾ ਰਹੀਆਂ। ਜੇ ਅੱਜ ਵੀ ਅਸੀਂ ਨਾ ਆਪਣੇ ਆਪ ਨੂੰ ਸੰਭਾਲਿਆ ਤਾਂ ਆਉਣ ਵਾਲਾ ਸਮਾਂ ਸਾਡੀਆਂ ਪੁਸ਼ਤਾਂ ਸਾਨੂੰ ਗਾਲਾਂ ਕੱਢਿਆ ਕਰਨਗੀਆਂ ਕਿ ਤੁਸੀਂ ਰੋਟੀਆਂ ਖਾਂਦੇ ਸੀ ਡੈਨਲੋਪ ਦੇ ਗੱਡਿਆਂ ਦੇ ਬਹਿ ਕੇ, ਤੁਸੀਂ ਸਾਡੇ ਲਈ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ। ਇਹ ਹਾਂ ਦਾ ਨਾਰਾ ਤੁਹਾਡੀ ਅਰਦਾਸ ਸਿਰ ਮੱਥੇ ਪ੍ਰਵਾਨ ਹੈ। ਹੁਣ ਭਾਈ ਬਲਜੀਤ ਸਿੰਘ ਜੀ ਹਮਸਨਾਮ ਤੇ ਭਾਈ ਬਲੌਰਾ ਸਿੰਘ ਜੀ ਬੈਲਜੀਅਮ, ਹਾਂਜੀ ਇੱਕ ਗੱਲ ਤੋਂ ਬਾਅਦ ਇੱਕ ਗੱਲ ਦਾ ਐਲਾਨ ਕੀਤਾ ਗਿਆ ਸਾਰੇ ਨੌਜਵਾਨਾਂ ਵੱਲੋਂ, ਹਾਲੈਂਡ ਦਿਆਂ ਵੱਲੋਂ ਤੇ ਯੂਰਪ ਦਿਆਂ ਵੱਲੋਂ। ਅਸੀਂ 500 ਦੇ ਕਰੀਬ ਨੌਜਵਾਨ ਇਕੱਠਾ ਕਰਾਂਗੇ, ਜਿਹੜਾ ਵੀ ਭਾਰਤੀ ਅੰਬੈਸੀ ਵੀ ਸਾਡੇ ਕੰਨ ਖੋਲ੍ਹ ਕੇ ਸੁਣ ਲਵੇ, ਜਿਹੜਾ ਵੀ ਬੀਜੇਪੀ ਦਾ ਨੇਤਾ ਕੋਈ ਵੀ ਨੇਤਾ ਇੱਥੇ ਆਇਆ ਤੇ ਅਸੀਂ ਉਸਦਾ ਘਰਾਓ ਠੋਕੇ ਕਰਾਂਗੇ। ਯੂਰਪ ਦੇ ਸਾਰੇ ਸਿੱਖ ਪੂਰੀ ਤਰ੍ਹਾਂ ਉਹਨਾਂ ਦਾ ਘਰਾਓ ਕਰਾਂਗੇ ਕਾਨੂੰਨ ਦੇ ਵਿੱਚ ਰਹਿ ਕੇ। ਤੇ ਔਰ ਸਤਿ ਸ੍ਰੀ ਅਕਾਲ, ਇਹ ਨੌਜਵਾਨਾਂ ਵੱਲੋਂ ਐਲਾਨ ਹੈਗਾ, ਨੌਜਵਾਨ ਕੀਤਾ ਹੈਗਾ, ਇਹਨਾਂ ਨੂੰ ਤਾਂ ਯੂਰਪ ਫੈਡਰੇਸ਼ਨ ਆ। ਹਾਂਜੀ ਇੱਕ ਜੋ ਟਾਈਮ ਦੀ ਗੱਲ ਹੈਗੀ ਆ, ਕੋਈ ਗੱਲ ਨਹੀਂ, ਮੈਂ ਟਾਈਮ ਅੱਜ ਕੱਲ੍ਹ ਪਹਿਲਾਂ ਦੇ ਦੇਣਾ, ਇੱਕ ਮਿੰਟ। ਅਤੇ ਦੂਜੀ ਗੱਲ ਇਹ ਹੈਗੀ ਆ, ਜਿਹੜਾ ਭਾਰਤ ਦਾ ਮੀਡੀਆ ਮੋਦੀ ਮੀਡੀਆ ਨੂੰ ਕਹਿੰਦੇ ਆ GTV ਅੱਜ ਤੱਕ ਜੋ ਕੰਨ ਖੋਲ੍ਹ ਕੇ ਸੁਣ ਲਵੇ, ਕੰਗਣਾ ਰਣੌਤ ਨੂੰ ਵੀ ਅਸੀਂ ਲਾਹਨਤਾਂ ਪਾਉਂਦੇ ਹਾਂ, ਜਿੱਦਣ ਸਿੰਘਾਂ ਦੇ ਧੱਕੇ ਚੜ ਗਈ ਫਿਰ ਉਹ ਲੱਭਣੀ ਨਹੀਂ ਹੈਗੀ, ਅਤੇ ਉਹ ਸਾਡੀਆਂ ਮਤਾਵਾਂ ਉੱਤੇ ਆ ਮੇਰੀ ਨਿਊਜ਼ ਪਹੁੰਚਾ ਦਿਓ ਹਿੰਦੁਸਤਾਨ ਦੇ ਮੀਡੀਆ ਤੱਕ, ਕੰਗਣਾ ਰਣੌਤ ਤੂੰ ਸਾਡੀਆਂ ਮਤਾਵਾਂ ਦੇ ਵਾਸਤੇ ਗਲਤ ਸ਼ਬਦ ਬੋਲੀਆਂ, ਜਦੋਂ ਪੇ ਦੀ ਪੱਗ ਪਰੇ 'ਚ ਲੈ ਜਾਵੇ, ਮਾਂ ਦੀ ਚੁੰਨੀ ਲੈ ਜਾਵੇ ਤਾਂ ਪੁੱਤ ਜਿਉਂਦੇ ਨਹੀਂ ਹੁੰਦੇ, ਤਾਂ ਤੂੰ ਆਪਣੇ ਆਪ ਨੂੰ ਸੰਭਾਲਣਾ, ਮਾਫ਼ੀ ਮੰਗ ਲੈ, ਤੈਨੂੰ ਖਾਲਸਾ ਪੰਥ ਬਖਸ਼ ਦੇਵੇਗਾ। ਨਹੀਂ ਖਾਲਸਾ ਪੰਥ ਦਾ ਕੋਈ ਸਿੰਘ ਤੇ ਭਾਜਪਾ ਸਰਕਾਰ ਵੀ ਸਮਝ ਲਵੇ, ਅਸੀਂ ਭਾਜਪਾ ਸਰਕਾਰ ਦੇ ਹਿੰਦੂ ਰਾਸ਼ਟਰ ਬਣਾਉਣ ਦਾ ਨਾਰਾ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ। ਪੰਜਾਬ ਤੇ ਰਾਜ ਖਾਲਸੇ ਦਾ ਹੋਵੇਗਾ, ਪੰਜਾਬ ਦੇ ਰਾਜ ਖਾਲਸੇ ਦਾ ਹੋਵੇਗਾ। ਤੇ ਹੁਣ ਮੈਂ ਬੇਨਤੀ ਕਰਦਾ ਭਾਈ ਬਲੌਰਾ ਸਿੰਘ ਜੀ ਬੈਲਜੀਅਮ ਤੋਂ ਆਏ ਆ ਸਪੈਸ਼ਲ ਗਏ, ਇਹ ਪ੍ਰੋਟੈਸਟ ਜਿਹੜਾ ਹੈਗਾ ਆ ਇਹ ਹੁਣ ਡੈਨਾਗ ਦਾ ਜਾਂ ਅਮਸਰਮ ਦਾ ਨਹੀਂ ਰਹਿ ਗਿਆ, ਇਹ ਪੂਰੇ ਯੂਰਪ ਦਾ ਪ੍ਰੋਟੈਸਟ ਹੋ ਗਿਆ ਹੈਗਾ। ਭਾਈ ਬਲੌਰਾ ਸਿੰਘ ਤੇ ਭਾਈ ਨਿਸ਼ਾਨ ਸਿੰਘ ਬਾਅਦ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੇਰੇ ਵੀਰਾਂ ਨੂੰ ਇੱਕ ਆਪਾਂ ਹੈਲੋ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਰੇ ਵੀਰਾਂ ਦਾ ਆਇਆ ਵੀਰਾਂ ਦਾ ਬਹੁਤ ਬਹੁਤ ਧੰਨਵਾਦੀਆਂ, ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਇੰਨੀ ਪਬਲਿਕ ਜਿਹੜੀ ਇਕੱਠੀ ਹੋ ਕੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਆ। ਬਹੁਤ ਹੀ ਆਪਾਂ ਸਾਰੇ ਇੱਥੇ ਅੱਧੇ ਤੋਂ ਜ਼ਿਆਦਾ ਕਿਸਾਨ ਹੀ ਖੜ੍ਹੇ ਹਾਂ, ਅਤੇ ਕਿਸਾਨਾਂ ਦਾ ਜਿਹੜਾ ਨਾਰਾ ਇਸ ਟਾਈਮ ਤੁਹਾਡਾ ਸਾਰਿਆਂ ਵੀਰਾਂ ਨੂੰ ਪਤਾ, ਕਿਸਾਨਾਂ ਨਾਲ ਜਿਹੜਾ ਮੋਦੀ ਗੌਰਮੈਂਟ ਇਸ ਟਾਈਮ ਜੁਰਮ ਕਰ ਰਹੀ ਆ ਉਹ ਆਪਣੇ ਸਾਰੇ ਵੀਰਾਂ ਨੂੰ ਕੋਈ ਭੁਲੇਖਾ ਨਹੀਂ ਹੈਗਾ। ਅਤੇ ਇਹ ਅਸੀਂ ਆਪਣੇ ਮੁਜ਼ਾਹਰੇ ਦੇ ਤਹਿਤ ਅਸੀਂ ਯੂਰਪੀਅਨ ਯੂਨੀਅਨ ਮੂਹਰੇ ਬੈਲਜੀਅਮ ਦੇ ਵਿੱਚ ਇੱਕ 13 ਤਰੀਕ ਨੂੰ ਮੁਜ਼ਾਹਰਾ ਕਰਵਾ ਰਹੇ ਹਾਂ, 13 ਤਰੀਕ ਨੂੰ ਮੁਜ਼ਾਹਰਾ ਕਰਵਾ ਰਹੇ ਹਾਂ। ਅਤੇ ਉੱਥੇ ਆਪਣੇ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਸੱਦਾ, ਟਾਈਮ ਜਿਹੜਾ 11 ਵਜੇ ਤੋਂ 1 ਵਜੇ ਦਾ ਜਿੱਦਾਂ ਭਾਅ ਜੀ ਹਰਜੀਤ ਸਿੰਘ ਨੇ ਕਹਿ ਦਿੱਤਾ। ਅਤੇ ਬਾਕੀ ਆਪਾਂ ਇੱਕ ਨਾਰਾ ਲਾਵਾਂਗੇ ਜੀ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਕੁੱਤਾ ਹਾਏ ਹਾਏ, ਮੋਦੀ ਕੁੱਤਾ ਹਾਏ ਹਾਏ। ਹੁਣ ਭਾਈ ਤੋਂ ਉਹਨਾਂ ਨੂੰ ਇਹ ਬੇਨਤੀ ਹੈ, ਉਹ ਵੀ ਆਪਣੇ ਵਿਚਾਰ ਜ਼ਰੂਰ ਰੱਖਣ, ਹਾਲੇ ਵੀ 1-2 ਮਿੰਟ ਹੈ, ਕੋਈ ਕਿਸੇ ਗੁਰੂ ਘਰ ਦਾ ਜਾਂ ਗੁਰੂ ਘਰ ਨਾਲ ਨਹੀਂ ਵੀ ਸੰਬੰਧਿਤ ਹੈ, ਕੋਈ ਜਿਹੜਾ ਵੀ ਕਹਿੰਦਾ ਕਿ ਭਾਈ ਮੈਨੂੰ ਸਮਾਂ ਚਾਹੀਦਾ, ਆਪਾਂ 1 ਮਿੰਟ ਦੇ ਸਕਦੇ ਹਾਂ, ਅਤੇ ਨਹੀਂ ਉਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਜਾਵਾਂਗੇ। ਸਾਰੇ ਗੱਜ ਕੇ ਬੁਲਾਇਓ ਜੀ, ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਭੈਣਾਂ ਔਰ ਬਜ਼ੁਰਗਾਂ ਔਰ ਯੰਗਸਟਰ ਦਾ ਬਹੁਤ ਬਹੁਤ ਧੰਨਵਾਦ। ਯੰਗਸਟਰ 'ਚ ਵੇਖਣ ਨੂੰ ਆਇਆ ਹੈ ਕਿ ਬਹੁਤ ਹੀ ਜ਼ਿਆਦਾ ਜੋਸ਼ ਹੈ,
नारियां तो हट नहीं रहे क्योंकि जंगस्टर का जंग जो ब्लड हैगा अज पता लगता है कि किन्ना जोश है जंगस्टर सारिया का बहुत बहुत धन्यवाद जिन्होंने इस प्रोटेस्ट हिस्सा लिया है और इस तरह चढ़दी कला गुरु महाराज चढ़दी कला बख्शे सारियां नूं जोश बख्शे और किसानां दे हित विच इसे तरह आपां खड़दे रहिए जदों भी लोड़ पवे हुण जे बेल्जियम भी लोड़ पवेगी ते उत्थे भी सारियां ने आपां ने हुम हमा के पहुंचना है किसे नूं डरन दी लोड़ नहीं है। वाहिगुरु जी का खालसा वाहिगुरु जी की